ਕੁੜੀ ਮੈਨੂੰ ਗਾਉਣ ਵਾਸਤੇ ਚਾਹੀਦੀ ਆ, ਉਹ ਕੁੜੀ ਮੇਰੇ ਨਾਲ ਸੰਪਰਕ ਕਰੋ, ਜਿਹੜੀ ਕੁੜੀ ਸਾਡੇ ਨਾਲ ਗਾਊਗੀ ਸਿੱਧੀ ਬਿਗ ਬਾਸ 'ਚ ਜਾਊਗੀ। ਲੈ ਵੀ ਰੰਧਾਵਿਆ ਹੋ ਜਾ ਤਿਆਰ, ਹੁਣ ਮੈਂ ਆਉਣ ਲੱਗੀ ਹਾਂ ਸਰੀ ਤੋਂ ਇੰਡੀਆ ਦੇ ਵਿੱਚ ਥੋੜ੍ਹੇ ਦਿਨਾਂ ਤੱਕ। ਜੇ ਰੰਧਾਵਿਆ ਮੈਨੂੰ ਬਿਗ ਬਾਸ ਦੇ ਵਿੱਚ ਨਾ ਪਹੁੰਚਾਇਆ ਨਾ, ਹਿਸਾਬ ਲਾ ਲਈ ਆਪਣਾ, ਤੇਰਾ ਬਣਦਾ ਕੀ। ਪੰਜ ਗਾਣੇ ਆਏ ਵਿਆ ਪੂਰੇ ਸਾਰੀ ਦੁਨੀਆਂ ਨੂੰ ਤਗੜੇ ਰੈਟਰਾਂ ਦੇ ਪੰਜ ਗਾਣੇ ਗਾਏ ਵਿਆ। ਰੈਟਰ ਮੇਰੇ ਇੰਨੇ ਲਿਹਾਜੀ ਆ, ਘਰੇ ਕਾਪੀਆਂ ਪਈਆਂ, ਅਰਨੇਤ ਦੀ ਹਜੇ ਘਰੇ ਕਾਪੀ ਪਈ ਆ। ਕਹਿੰਦਾ ਉਹ ਸਾਰੇ ਕਹਿੰਦਾ ਮੇਰੇ ਘਰੇ ਕਹਿੰਦਾ ਕਾਪੀਆਂ ਰੱਖ ਜਾਂਦੇ ਆ, ਵੀ ਲੈ ਫਿਰ ਉਹਨਾਂ ਦਾ ਜਿਹੜਾ ਮਰਜ਼ੀ ਗੀਤ ਕਰ ਲਾ, ਤੇ ਆਪਦੀ ਉਹ ਜਿਹੜੀਆਂ ਕਾਪੀਆਂ ਤੇਰੇ ਕੋਲ ਪਈਆਂ ਨਾ ਰਾਈਟਰਾਂ ਦੀਆਂ, ਗਰਦ ਝਾੜ ਕੇ ਰੱਖ ਲਾ, ਜੇ ਤੇਰੇ ਕੋਲ ਨਾ ਨਿਕਲੀਆਂ ਤੇ ਪੈਂਦੀਆਂ ਦੇਖੀ ਫਿਰ। ਤੁਸੀਂ ਐਂ ਕਦੋਂ ਵੀ ਚੱਲ ਐਲੀ ਮੰਗਟ ਜਿੰਨਾ ਡੰਗਾ ਲਾ ਲੈਂਦਾ ਇਹ, ਵੀ ਸਲੀਮ ਵਾਂਗੂ ਨਹੀਂ ਗਾ ਸਕਦਾ। ਮਾਸਟਰ ਸਲੀਮ ਹੋਰੀ ਕਿਤੇ ਬਹੁਤ ਵਧੀਆ ਗਾਉਂਦੇ ਆ, ਉਹਨਾਂ ਨੂੰ ਤਾਂ ਤੁਸੀਂ ਸਿੰਗਰ ਸਮਝਦੇ ਹੋ, ਤੇ ਰੰਧਾਵੇ ਨੂੰ ਤੁਸੀਂ ਕਹਿੰਦੇ ਸਿੰਗਰ ਨਹੀਂ। ਬਹੁਤ ਵਧੀਆ ਗਾ ਰਿਹਾ ਰੰਧਾਵੇ, ਤੈਨੂੰ ਦੇਖ ਕੇ ਤਾਂ ਅਸੀਂ ਗਾਉਣ ਲੱਗੇ ਆ। ਵੀ ਮੈਨੂੰ ਚਾਹੀਦੀ ਗਾਉਣ ਵਾਲੀ ਕੁੜੀ ਜਿਹੜੀ ਪੂਰੀ ਘੈਂਟ ਗਾਉਂਦੀ ਹੋਵੇ, ਪਾਣ ਦੀ ਬੇਗੀ ਵਰਗੀ ਦੀ ਜੀਭ ਹੋਵੇ, ਐ ਪੱਤਿਆਂ ਵਿੱਚ ਦੀ ਬਾਜ ਜਾਵੇ ਸੂਕ ਦੀ, ਪੱਤੇ ਐ ਪਾੜਦੇ ਜਾਵੇ ਬਾਜ ਜਿਵੇਂ ਮੈਂ ਗਾਉਣਾ। ਵੀ ਮੈਂ ਆਉਣ ਲੱਗੀ ਹਾਂ ਥੋੜ੍ਹੇ ਦਿਨਾਂ ਤੱਕ ਸਰੀ ਤੋਂ ਇੰਡੀਆ ਰੰਧਾਵੇ ਨਾਲ ਗਾਣਾ ਕਰਨ ਦੇ ਲਈ, ਤੇ ਮੈਂ ਉਹਦੇ ਨਾਲ ਸੌਂਗ ਗਾਉਣ ਦੇ ਲਈ ਤਿਆਰ ਹਾਂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਤੁਹਾਡੀ ਆਵਾਜ਼ ਤੁਹਾਡਾ ਆਪਣਾ ਨਿਊਜ਼ ਲਾਈਨ। ਇਸ ਵੀਡੀਓ ਨੂੰ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਕੁਝ ਦਿਨ ਪਹਿਲਾਂ ਜਗਦੀਪ ਰੰਧਾਵਾ ਨੇ ਲਾਈਵ ਹੁੰਦੇ ਆਪਣੇ ਫੇਸਬੁੱਕ ਪੇਜ ਤੋਂ ਕਿਹਾ ਸੀ ਕਿ ਮੈਨੂੰ ਆਪਣੇ ਗੀਤ ਲਈ ਇੱਕ ਲੜਕੀ ਦੀ ਲੋੜ ਹੈ ਜੋ ਚੰਗਾ ਗਾਉਂਦੀ ਹੋਵੇ, ਉਹ ਮੇਰੇ ਨਾਲ ਸੰਪਰਕ ਕਰੇ, ਤੇ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਮੈਂ ਸ਼ਹਿਨਾਜ਼ ਗਿੱਲ ਨੂੰ ਸਿੱਧਾ ਬਿੱਗ ਬੌਸ ਵਿੱਚ ਪਹੁੰਚਾਇਆ ਹੈ, ਜੇ ਕੋਈ ਕੁੜੀ ਸੁਰੀਲਾ ਗਾਉਂਦੀ ਹੋਵੇਗੀ ਤਾਂ ਉਸਨੂੰ ਵੀ ਮੈਂ ਬਿੱਗ ਬੌਸ ਵਿੱਚ ਪਹੁੰਚਾ ਦੇਵਾਂਗਾ, ਕਿਉਂਕਿ ਰੰਧਾਵਾ ਸਾਹਿਬ ਦੀ ਵੱਡੇ ਵੱਡੇ ਰਾਈਟਰਾਂ ਡਾਇਰੈਕਟਰਾਂ ਨਾਲ ਜਾਣ ਪਹਿਚਾਣ ਹੈ। ਜਿਸ ਤੋਂ ਬਾਅਦ ਕੈਨੇਡਾ ਤੋਂ ਸੈਮੀ ਧਾਲੀਵਾਲ ਨਾਂ ਦੀ ਇੱਕ ਲੜਕੀ ਨੇ ਕਿਹਾ ਕਿ ਮੈਂ ਜਗਦੀਪ ਰੰਧਾਵਾ ਨਾਲ ਗਾਉਣ ਲਈ ਤਿਆਰ ਹਾਂ, ਪਰ ਉਸ ਦੀਆਂ ਕੁਝ ਸ਼ਰਤਾਂ ਹਨ। ਅਖੀਰ ਕੀ ਹਨ ਉਸ ਲੜਕੀ ਦੀਆਂ ਸ਼ਰਤਾਂ, ਜਾਣਨ ਲਈ ਦੇਖਦੇ ਹਾਂ ਪੂਰੀ ਵੀਡੀਓ। ਹੈਲੋ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੈਂ ਸੈਮੀ ਧਾਲੀਵਾਲ ਸਰੀ ਤੋਂ, ਤੇ ਮੈਂ ਇਹ ਵੀਡੀਓ ਬਣਾਉਣ ਲੱਗੀ ਹਾਂ ਜਗਦੀਪ ਰੰਧਾਵਾ ਦੇ ਲਈ, ਜਿਹਦੀ ਕਿ ਮੈਂ ਵੀਡੀਓ ਕੱਲ੍ਹ ਪਰਸੋਂ ਦੇਖੀ ਸੀਗੀ ਲਾਈਵ। ਉਹਨੇ ਹੋ ਕੇ ਕਿਹਾ ਕਹਿੰਦਾ ਉਹਨੂੰ ਕੋਈ ਕੁੜੀ ਸਿੰਗਰ ਚਾਹੀਦੀ ਆ ਜਿਹੜੀ ਉਹਦੇ ਨਾਲ ਡੂਟ ਸੌਂਗ ਕਰ ਸਕੇ। ਲੈ ਵੀ ਰੰਧਾਵਿਆ ਹੋ ਜਾ ਤਿਆਰ, ਹੁਣ ਮੈਂ ਆਉਣ ਲੱਗੀ ਹਾਂ ਸਰੀ ਤੋਂ ਇੰਡੀਆ ਦੇ ਵਿੱਚ ਥੋੜ੍ਹੇ ਦਿਨਾਂ ਤੱਕ, ਅਤੇ ਬਾਕੀ ਆਉਣ ਤੋਂ ਪਹਿਲਾਂ ਮੇਰੀਆਂ ਸ਼ਰਤਾਂ ਆ। ਇੱਕ ਤਾਂ ਇਹਨੇ ਇਹ ਕਿਹਾ ਕਹਿੰਦਾ ਜਿਹੜੀ ਕੁੜੀ ਇਹਦੇ ਨਾਲ ਸੌਂਗ ਗਾਊਗੀ ਕਹਿੰਦਾ ਉਹਨੂੰ ਇਹ ਬਿੱਗ ਬੌਸ ਦੇ ਵਿੱਚ ਪਹੁੰਚਾਊਗਾ, ਜੇ ਰੰਧਾਵਿਆ ਮੈਨੂੰ ਬਿੱਗ ਬੌਸ ਦੇ ਵਿੱਚ ਨਾ ਪਹੁੰਚਾਇਆ ਨਾ, ਹਿਸਾਬ ਲਾ ਲਈ ਆਪਣਾ, ਤੇਰਾ ਬਣਦਾ ਕੀ। ਅਤੇ ਦੂਜੀ ਗੱਲ ਇਹਨੇ ਇਹ ਵੀ ਕਿਹਾ ਕਹਿੰਦਾ ਜਿਹੜੇ ਵੱਡੇ ਵੱਡੇ ਮਿਊਜ਼ਿਕ ਡਾਇਰੈਕਟਰ ਹੋ ਗਏ, ਵੀਡੀਓ ਡਾਇਰੈਕਟਰ ਹੋ ਗਏ, ਅਤੇ ਰਾਈਟਰ ਕਹਿੰਦਾ ਸਾਰੇ ਮੇਰੇ ਦੋਸਤ ਆ, ਕਹਿੰਦਾ ਰਾਈਟਰ ਕਹਿੰਦਾ ਜਿਵੇਂ ਆਪ ਮੈਂ ਹੋ ਗਿਆ, ਜੀਤ ਬਲਜੀਤ ਹੋ ਗਿਆ, ਵਿੱਕੀ ਧਾਲੀਵਾਲ ਹੋ ਗਿਆ, ਹੋਰਾਂ ਦੇ ਵੀ ਕਿੰਨੀਆਂ ਦੇ ਨਾਂ ਲਏ ਸੀ ਉਹਨੇ, ਕਹਿੰਦਾ ਉਹ ਸਾਰੇ ਕਹਿੰਦਾ ਮੇਰੇ ਘਰੇ ਕਹਿੰਦਾ ਕਾਪੀਆਂ ਰੱਖ ਜਾਂਦੇ ਆ, ਵੀ ਲੈ ਫਿਰ ਉਹਨਾਂ ਦਾ ਜਿਹੜਾ ਮਰਜ਼ੀ ਗੀਤ ਕਰ ਲਾ, ਅਤੇ ਆਪਦੀ ਉਹ ਜਿਹੜੀਆਂ ਕਾਪੀਆਂ ਤੇਰੇ ਕੋਲ ਪਈਆਂ ਨਾ ਰਾਈਟਰਾਂ ਦੀਆਂ, ਗਰਦ ਝਾੜ ਕੇ ਰੱਖ ਲਾ, ਜੇ ਤੇਰੇ ਕੋਲ ਨਾ ਨਿਕਲੀਆਂ ਤੇ ਪੈਂਦੀਆਂ ਦੇਖੀ ਫਿਰ। ਅਤੇ ਬਾਕੀ ਜਿਹੜੇ ਲੋਕ ਕਹਿੰਦੇ ਆ ਵੀ ਰੰਧਾਵਾ ਵਧੀਆ ਨਹੀਂ ਗਾਉਂਦਾ, ਇਹ ਸਿੰਗਰ ਨਹੀਂ, ਇਹਨੂੰ ਪੁੱਛਦੇ ਆ ਜਿਹੜੇ ਲੋਕ ਵੀ ਤੂੰ ਕਦੋਂ ਤੋਂ ਗਾਉਣਾ ਸ਼ੁਰੂ ਕਰਤਾ, ਵੀ ਉਹਨਾਂ ਲੋਕਾਂ ਦੀ ਬਹੁਤ ਮਾੜੀ ਗੱਲ ਆ, ਕਿੰਨਾ ਵਧੀਆ ਸਿੰਗਰ ਆ, ਕਿੰਨਾ ਸੁਰੀਲਾ ਸਿੰਗਰ ਆ, ਕਿੰਨਾ ਵਧੀਆ ਗਾ ਰਿਹਾ। ਮਾਸਟਰ ਸਲੀਮ ਹੋਈ ਕਿਤੇ ਬਹੁਤ ਵਧੀਆ ਗਾਉਂਦੇ ਆ, ਉਹਨਾਂ ਨੂੰ ਤਾਂ ਤੁਸੀਂ ਸਿੰਗਰ ਸਮਝਦੇ, ਅਤੇ ਰੰਧਾਵੇ ਨੂੰ ਤੁਸੀਂ ਕਹਿੰਦੇ ਸਿੰਗਰ ਨਹੀਂ। ਬਹੁਤ ਵਧੀਆ ਗਾ ਰਿਹਾ ਰੰਧਾਵੇ, ਤੈਨੂੰ ਦੇਖ ਕੇ ਤਾਂ ਅਸੀਂ ਗਾਉਣ ਲੱਗੇ ਹਾਂ, ਜੇ ਕਿਤੇ ਤੂੰ ਨਾ ਗਾਉਂਦਾ ਹੁੰਦਾ ਅਸੀਂ ਕਿੱਥੇ ਗਾਉਣਾ ਸੀ, ਤੈਨੂੰ ਦੇਖ ਕੇ ਤਾਂ ਅਸੀਂ ਇੰਸਪੀਰੇਸ਼ਨ ਮਿਲੀ ਹੈ ਸਾਨੂੰ। ਅਤੇ ਬਾਕੀ ਆ ਜਿਹੜੀਆਂ ਮੇਰੀਆਂ ਸ਼ਰਤਾਂ ਆ ਮੈਂ ਦੱਸਦੀ ਹਾਂ ਸਾਰੀਆਂ, ਵੀ ਮੈਂ ਆਉਣ ਲੱਗੀ ਹਾਂ ਥੋੜ੍ਹੇ ਦਿਨਾਂ ਤੱਕ ਸਰੀ ਤੋਂ ਇੰਡੀਆ ਰੰਧਾਵੇ ਨਾਲ ਗਾਣਾ ਕਰਨ ਦੇ ਲਈ, ਅਤੇ ਮੇਰੀ ਇਹ ਵੀਡੀਓ ਸ਼ੇਅਰ ਕਰ ਦਿਓ, ਗਰਦ ਉਠਾ ਦਿਓ, ਮੇਰੀ ਵੀਡੀਓ ਰੰਧਾਵੇ ਤੱਕ ਪਹੁੰਚ ਜੇ, ਅਤੇ ਮੈਂ ਉਹਦੇ ਰਿਪਲਾਈ ਦੀ ਵੇਟ ਕਰੂੰਗੀ, ਅਤੇ ਉਹ ਗਾਣੇ ਕਰਨ ਦੇ ਲਈ ਮੈਨੂੰ ਤਿਆਰ ਆ ਕਿ ਨਹੀਂ, ਅਤੇ ਮੈਂ ਉਹਦੇ ਨਾਲ ਸੌਂਗ ਗਾਉਣ ਦੇ ਲਈ ਤਿਆਰ ਹਾਂ। ਅਤੇ ਬਾਕੀ ਆ ਜਿਹੜੀਆਂ ਮੇਰੀਆਂ ਸ਼ਰਤਾਂ, ਵੀ ਜੇ ਮੈਨੂੰ ਉਹਨੇ ਬਿੱਗ ਬੌਸ ਦੇ ਵਿੱਚ ਨਾ ਪਹੁੰਚਾਇਆ, ਅਤੇ ਜੇ ਉਹਦੇ ਕੋਲ ਰਾਈਟਰਾਂ ਦੀਆਂ ਕਾਪੀਆਂ ਨਾ ਨਿਕਲੀਆਂ, ਅਤੇ ਉਹਨੂੰ ਆਪਣਾ ਹਿਸਾਬ ਲਾ ਲਈ ਤੇਰਾ ਬਣਦਾ ਕੀ। ਚਲੋ ਠੀਕ ਆ, ਓਕੇ ਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅਗੇਨ ਫਿਰ ਮੈਂ ਦੱਸਣ ਲੱਗੀ ਹਾਂ ਸੈਮੀ ਧਾਲੀਵਾਲ ਸਰੀ ਤੋਂ। ਤੁਹਾਨੂੰ ਕੀ ਲੱਗਦਾ ਹੈ ਜਗਦੀਪ ਰੰਧਾਵਾ ਇਸ ਲੜਕੀ ਨਾਲ ਆਪਣਾ ਨਵਾਂ ਗੀਤ ਕਰੇਗਾ ਜਾਂ ਉਸਨੇ ਉੜਦਾ ਤੀਰ ਹੀ ਆਪਣੇ ਵੱਲ ਕਰ ਲਿਆ ਹੈ? ਇਸ ਵੀਡੀਓ ਵਿੱਚ ਆਪਣੇ ਕਮੈਂਟ ਕਰ ਜ਼ਰੂਰ ਦੱਸਣਾ। ਇਸ ਦੇ ਨਾਲ ਇਸ ਤਰ੍ਹਾਂ ਦੀਆਂ ਹਰ ਅਪਡੇਟਸ ਨੂੰ ਸਭ ਤੋਂ ਪਹਿਲਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਘੰਟੀ ਵਾਲੇ ਬਟਨ ਨੂੰ ਦਬਾਉਣਾ ਨਾ ਭੁੱਲਣਾ। ਤੁਹਾਡਾ ਦਿਨ ਸ਼ੁਭ ਰਹੇ, ਧੰਨਵਾਦ।